ਮੇਰੀ ਜ਼ਿੰਦਗਾਨੀ ਹੈ ਮੇਰੀ ਇਹ ਬਾਬਾ ਜੀ ਮੇਰੇ ਨਾਲ ਹੈਗੇ ਨੇ 64-65 ਸਾਲ ਦੀ ਉਮਰ ਹੈ ਇਹਨਾਂ ਦੀ ਔਰ ਮੁਹੰਮਦ ਰਫੀ ਜੀ ਔਰ ਲਤਾ ਮੰਗੇਸ਼ਕਰ ਅਤੇ ਹੋਰ ਵੀ ਬਾਲੀਵੁੱਡ ਦੇ ਜਿੰਨੇ ਵੀ ਲੈਜੈਂਡ ਨੇ ਉਹਨਾਂ ਦੇ ਗੀਤ ਗਾਉਂਦੇ ਨੇ ਇਹ ਬਚਪਨ ਤੋਂ ਗਾਇਕੀ ਦਾ ਸ਼ੌਂਕ ਹੈ ਇਹਨਾਂ ਨੂੰ ਸੋ ਬਾਪੂ ਜੀ ਤੁਸੀਂ ਇੰਨਾ ਸੋਹਣਾ ਗਾਉਂਦੇ ਹੋ ਤੁਹਾਡੀ ਆਵਾਜ਼ ਕਿਤੇ ਪਹੁੰਚੀ ਹੈ ਕਿਸੇ ਕਲਾਕਾਰ ਤੱਕ ਰਫੀ ਤੱਕ ਪਹੁੰਚੀ ਸੀ ਜਦੋਂ ਮੈਂ ਉੱਥੇ ਬੰਬੇ ਗਿਆ ਬੰਬੇ ਅਤੇ ਉਹ ਉਹਨਾਂ ਦੀ ਉਦਣ ਡੈਥ ਹੋ ਗਈ ਸੀ ਅਟੈਕ ਦੇ ਨਾਲ ਮੈਂ ਆਇਆ ਕਿਹੜੇ ਹਿਸਾਬ ਨਾਲ ਬਹੁਤ ਮੁਸ਼ਕਿਲ ਉੱਥੋਂ ਆਇਆ ਸੀ ਕਭੀ ਨਾ ਕਭੀ ਕਹੀ ਨਾ ਕਹੀਂ ਕੋਈ ਨਾ ਕੋਈ ਫਿਰ ਇੱਕ ਨੇ ਮੈਂ ਕਿਹਾ ਮੈਂ ਕਿਹਾ ਜੀ ਇਹ ਗੱਲ ਹੈ ਕਹਿੰਦਾ ਵੀ ਰਫੀ ਸਾਹਿਬ ਤਾਂ ਚਲੋ ਚਲੇ ਗਏ ਤੁਸੀਂ ਚਲੋ ਦੱਡੇ ਘਰ ਚਲੇ ਜਾਓ ਮੈਂ ਜੂਹ ਚਪਾਟੀ ਨੰਬਰ 4 ਉੱਥੇ ਚਲਾ ਗਿਆ ਉਹ ਗਾਲ ਕੱਢ ਕੇ ਕਹਿੰਦਾ ਇੱਕ ਹੋਰ ਆ ਗਏ ਐਕਟਰ ਬਣਨ ਮੈਂ ਕਿਹਾ ਜੀ ਨਹੀਂ ਮੈਂ ਐਕਟਰ ਬਣਨ ਹੀ ਆਇਆ ਇਹ ਮੈਂ ਗਾਇਕ ਹੈਗਾ ਸਾ ਰਫੀ ਸਾਹਿਬ ਨੇ ਮੈਨੂੰ ਬੁਲਾਇਆ ਸੀ ਵੀ ਤੂੰ ਮੇਰੇ ਕੋਲ ਆ ਗਰੀਬ ਇਹ ਜੀ ਇਹ ਕੁਦਰਤੀ ਦੇਣ ਆ ਜੀ ਸਰਸੋ ਦੀ ਮਾਤਾ ਦੀ ਕਿਰਪਾ ਮੇਰੇ 'ਤੇ ਮੈਂ ਉਹਨਾਂ ਦੇ ਦਰਸ਼ਨ ਕੀਤੇ ਕਹਿ ਸਕਦਾ ਕਿਉਂਕਿ ਮੈਂ ਉਹਨਾਂ ਨੇ ਕਿਹਾ ਸੀ ਸੁਪਨੇ 'ਚ ਤੁਹਾਨੂੰ ਕੀ ਚਾਹੀਦਾ ਪੈਸਾ ਚਾਹੀਦਾ ਕਿ ਆਵਾਜ਼ ਮੈਂ ਕਿਹਾ ਮਾਂ ਮੈਨੂੰ ਨਾ ਆਵਾਜ਼ ਚਾਹੀਦੀ ਵੀ ਨਾ ਦੇ ਮੌਤ ਦੇ ਮਗਰ ਬਦਨਸੀਬੀ ਨਾ ਦੇਣੇ ਕਿਸੇ ਨੇ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ 8 ਇੰਟਰਵਿਊਆਂ ਦੇਣੀਆਂ ਕਿਤੇ ਥੋੜ੍ਹੀ ਜਿਹੀ ਗੱਲ ਨਹੀਂ ਹੈਗੀ ਸੁਦੇਸ਼ੀ ਵੂਲਨ ਮਿਲ ਦੇ ਵਿੱਚ ਕੰਮ ਕਰਦਾ ਰਿਹਾ ਮੈਂ ਪਾਵਰ ਦਾ ਕੰਮ ਵੀ ਕਰਦਾ ਰਿਹਾ ਹੋਰ ਵੀ ਮਤਲਬ ਬਾਅਦ 'ਚ ਮਸ਼ੀਨਾਂ ਦੇ ਕੰਮ 'ਤੇ ਉੱਥੇ ਆ ਗਿਆ ਥੋੜ੍ਹਾ ਬਹੁਤ ਉੱਥੋਂ ਫਿਰ ਰਿਟਾਇਰ ਹੋ ਗਿਆ ਹੁਣ ਮੇਰੀ ਘਰਵਾਲੀ ਆ ਸਵਾਈ ਦਾ ਕੰਮ ਕਰਦੀ ਹੈ ਉੱਥੋਂ ਪਿੰਸ਼ਨ ਵੀ ਮਿਲਦੀ ਹੈ 20-2 ਹਜ਼ਾਰ ਕੌਣ ਹੈ ਜੋ ਸਪਨੋ ਮੇ ਆਇਆ ਕੌਣ ਹੈ ਜੋ ਦਿਲ ਮੇ ਸਮਾਇਆ ਲੋ ਝੁਕ ਗਿਆ ਆਸਮਾ ਵੀ ਇਸ਼ਕ ਮੇਰਾ ਰੰਗ ਲਾਇਆ ਓ ਪ੍ਰਿਆ ਓ ਪ੍ਰਿਆ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਇਹ ਬਾਬਾ ਜੀ ਮੇਰੇ ਨਾਲ ਹੈਗੇ ਨੇ 64-65 ਸਾਲ ਦੀ ਉਮਰ ਹੈ ਇਹਨਾਂ ਦੀ ਔਰ ਮੁਹੰਮਦ ਰਫੀ ਜੀ ਔਰ ਲਤਾ ਮੰਗੇਸ਼ਕਰ ਅਤੇ ਹੋਰ ਵੀ ਬਾਲੀਵੁੱਡ ਦੇ ਜਿੰਨੇ ਵੀ ਲੈਜੈਂਡਸ ਨੇ ਉਹਨਾਂ ਦੇ ਗੀਤ ਗਾਉਂਦੇ ਨੇ ਇਹ ਬਚਪਨ ਤੋਂ ਗਾਇਕੀ ਦਾ ਸ਼ੌਂਕ ਹੈ ਇਹਨਾਂ ਨੂੰ ਅਤੇ ਜ਼ਰੂਰ ਇਹਨਾਂ ਤੋਂ ਜਾਣਾਂਗੇ ਅਸੀਂ ਕਿ ਇੰਨੀ ਸੋਹਣੀ ਆਵਾਜ਼ ਇੰਨਾ ਸੋਹਣਾ ਟੈਲੈਂਟ ਹੈ ਬਾਪੂ ਜੀ ਦੇ ਅੰਦਰ ਕਦੋਂ ਤੋਂ ਇਹ ਸ਼ੁਰੂ ਕੀਤੀ ਤੁਸੀਂ ਬਾਪੂ ਜੀ ਗਾਉਣਾ ਦੇਖੋ ਜੀ ਮੈਂ ਜਦੋਂ ਤੋਂ ਹੋਸ਼ ਸੰਭਾਲੀ ਹੈ ਮੈਂ ਉਦੋਂ ਤੋਂ ਹੀ ਇਹ ਗੀਤ ਤਕਰੀਬਨ ਉਦੋਂ ਤੋਂ ਹੀ ਮੈਂ ਸਕੂਲੇ ਵੀ ਉੱਥੇ ਸਾਡੇ ਫੰਕਸ਼ਨ ਹੁੰਦਾ ਸੀ ਮੈਂ ਸੰਤ ਸਿੰਘ ਸੁੱਖਾ ਸਿੰਘ ਖਾਲਸਾ ਹਾਇਰ ਸੈਕੰਡਰੀ ਸਕੂਲ 'ਚ ਪੜ੍ਹਿਆ ਮਜੀਠਾ ਰੋਡ ਉੱਥੇ ਵੀ ਮੈਂ ਬੋਲਦਾ ਰਿਹਾ ਔਰ ਹਰੇਕ ਦਾ ਕਹਿਣਾ ਸੀ ਵੀ ਇੱਕ ਦਿਨ ਸਿਤਾਰਾ ਬਣੇਗਾ ਇਹਦੀ ਆਵਾਜ਼ ਲੋਕ ਸੁਣਨਗੇ ਅਤੇ ਉਹ ਅੱਜ ਮੈਨੂੰ ਇੰਨੀ ਖੁਸ਼ੀ ਆ ਕਿ ਐਡੇ ਐਡੇ ਵੱਡੇ ਮਹਾਨ ਇਨਸਾਨ ਇੱਕ ਛੋਟੇ ਜਿਹੇ ਘਰ ਦੇ ਵਿੱਚ ਆਏ ਨੇ ਮੈਂ ਦਿਲੋਂ ਧੰਨਵਾਦ ਕਰਦਾ ਮੈਂ ਗੁਰੂ ਰਾਮਦਾਸ ਦਾ ਧੰਨਵਾਦੀ ਹਾਂ ਕਿ ਮੈਨੂੰ ਪਤਾ ਹੀ ਨਹੀਂ ਹੈ ਮੇਰੇ ਦਿਮਾਗ 'ਚ ਨਹੀਂ ਹੀ ਹੈਗਾ ਕਿ ਐਡੇ ਐਡੇ ਇਨਸਾਨ ਸਾਡੇ ਘਰ ਵੀ ਆ ਸਕਦੇ ਨੇ ਉਹ ਇਹ ਗੱਲ ਉਹ ਹੀ ਨਾ ਕੀੜੀ ਦੇ ਘਰ ਨਰਾਇਣ ਮਹਾਨਰਾਇਣ ਆਏ ਨੇ ਸਾਡੇ ਸੋ ਘਰ ਦੇ ਹਾਲਾਤ ਬਾਪੂ ਜੀ ਦੇ ਮੈਂ ਜ਼ਰੂਰ ਇੱਕ ਵਾਰ ਛੋਟੀ ਜਿਹੀ ਤਸਵੀਰ ਤੁਹਾਨੂੰ ਇਹਨਾਂ ਦੇ ਘਰ ਦੀ ਦਿਖਾਉਣੀ ਚਾਹੂੰਗੀ ਕਿ ਬਾਪੂ ਜੀ ਨੇ ਵੀ ਦੱਸਿਆ ਕਿ ਇਹਨਾਂ ਦੇ ਇੱਕ ਦਿਨ ਦੇ ਵਿੱਚ 8 ਤੋਂ ਲੈ ਕੇ 10 ਇੰਟਰਵਿਊਜ਼ ਤੱਕ ਹੋਈਆਂ ਨੇ ਲੇਕਿਨ ਇਹਨਾਂ ਨੂੰ ਕਦੇ ਵੀ ਕਿਸੇ ਨੇ ਸਪੋਰਟ ਨਹੀਂ ਕੀਤਾ ਬਾਪੂ ਜੀ ਮੈਂ ਸੱਚ ਬੋਲ ਰਹੀ ਹਾਂਜੀ ਬਿਲਕੁਲ ਸੱਚ ਹੈ ਜੀ 101% ਸੱਚ ਕਿਸੇ ਨੇ
ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। 8 ਇੰਟਰਵਿਊਆਂ ਦੇਣੀਆਂ ਕਿਤੇ ਥੋੜ੍ਹੀ ਜਿਹੀ ਗੱਲ ਨਹੀਂ ਹੈਗੀ। ਸੋ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਜ਼ਰੂਰ ਕਹੂੰਗੀ ਕਿ ਇੱਕ ਵਾਰੀ ਜ਼ਰੂਰ ਜਿਹੜਾ ਹੈ ਘਰ ਇਹਨਾਂ ਦੀ ਹਾਲਤ ਦਿਖਾਈ ਜਾਵੇ। ਅਤੇ ਬਾਪੂ ਜੀ, ਆਪਣੇ ਘਰ ਬਾਰੇ ਜ਼ਰੂਰ ਸਾਨੂੰ ਕੁਛ ਦੱਸੋ ਕਿ ਮਤਲਬ ਤੁਸੀਂ ਕੀ ਕਰਦੇ ਹੋ, ਤੁਹਾਡੀ ਵਾਈਫ ਕੀ ਕਰਦੇ, ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਘਰ? ਦੇਖੋ ਜੀ, ਮੈਂ ਪਹਿਲੇ ਤਾਂ ਸੁਦੇਸ਼ੀ ਵੂਲਨ ਮਿਲ ਦੇ ਵਿੱਚ ਕੰਮ ਕਰਦਾ ਰਿਹਾ। ਹਾਂਜੀ, ਅਗਵਾਲ ਮੰਡੀ ਚੌਂਕ ਹੈਗੀ ਹੈ, ਉੱਥੇ ਮੈਂ ਪਾਵਰ ਦਾ ਕੰਮ ਵੀ ਕਰਦਾ ਰਿਹਾ, ਹੋਰ ਵੀ ਮਤਲਬ ਬਾਅਦ 'ਚ ਮਸ਼ੀਨਾਂ ਦੇ ਕੰਮ 'ਤੇ ਉੱਥੇ ਆ ਗਿਆ ਥੋੜ੍ਹਾ ਬਹੁਤ, ਉੱਥੋਂ ਫਿਰ ਰਿਟਾਇਰ ਹੋ ਗਿਆ। ਹੁਣ ਮੇਰੀ ਘਰਵਾਲੀ ਆ ਸਵਾਈ ਦਾ ਕੰਮ ਕਰਦੀ ਹੈ, ਉੱਥੋਂ ਪਿੰਸ਼ਨ ਵੀ ਮਿਲਦੀ ਹੈ 20-2 ਹਜ਼ਾਰ, ਅਤੇ ਮਾੜਾ ਮੋਟਾ ਗੁਜ਼ਾਰਾ ਜਿਹਨੂੰ ਕਹਿੰਦੇ ਨੇ ਨਾ ਜੂਨ ਗੁਜ਼ਾਰਾ, ਉਹ ਕਰੀਦਾ। ਅਤੇ ਬੱਚੇ ਕਿੰਨੇ ਨੇ ਔਰ ਕਿੱਥੇ ਨੇ ਬੱਚੇ ਤੁਹਾਡੇ? 2 ਲੜਕੇ ਨੇ, 1 ਲੜਕੀ ਹੈ, ਲੜਕੀ ਵਿਆਹਤੀ ਹੈ, 1 ਮੁੰਡਾ ਜਿਹਦਾ ਮਤਲਬ ਉਹਦਾ ਦਿਮਾਗ ਠੀਕ ਨਹੀਂ ਵੱਡੇ ਦਾ, ਅਤੇ ਉਹ ਸਾਡੇ ਗਰੇਵਾਲ ਸਾਹਿਬ, ਉਹ ਤੁਹਾਡੇ ਸਟਾਫ ਮੈਂਬਰ ਹੀ ਨੇ, ਉਹਨਾਂ ਪੂਰੀ ਮਿਹਨਤ ਕਰਕੇ ਅਤੇ 4 ਮਹੀਨਿਆਂ ਦੇ ਬਾਅਦ ਸਾਨੂੰ ਸਾਡਾ ਲੜਕਾ ਵਾਪਸ ਫਿਰ ਮਿਲਿਆ ਸੀ। ਕਿੱਥੋਂ? ਉਹ ਫਤਿਹਗੜ੍ਹ ਚੂੜੀਆਂ ਤੋਂ ਸਾਨੂੰ ਮਿਲਿਆ ਸੀ, ਉਹ ਮੇਰਾ ਖਿਆਲ ਗੁਜਰਾਂ ਦੇ ਕਬਜ਼ੇ 'ਚ ਹੀ ਆ ਗਿਆ ਸੀ, ਅਤੇ ਗੁਰੂ ਮਹਾਰਾਜ ਨੇ ਅਤੇ ਤੁਹਾਡੇ ਸਾਰਿਆਂ ਦੇ ਸਦਕਾ, ਪੈਰਾਂ ਦੇ ਸਦਕਾ ਉਹ ਫਿਰ ਦੁਬਾਰਾ ਸਾਡੇ ਘਰ ਸਾਨੂੰ ਮਿਲ ਗਿਆ ਜੀ। ਜੀ, ਸੋ ਬਾਪੂ ਜੀ, ਤੁਸੀਂ ਇੰਨਾ ਸੋਹਣਾ ਗਾਉਂਦੇ ਹੋ, ਤੁਹਾਡੀ ਆਵਾਜ਼ ਕਿਤੇ ਪਹੁੰਚੀ ਹੈ ਕਿਸੇ ਕਲਾਕਾਰ ਤੱਕ? ਹਜੇ ਤੱਕ ਤਾਂ ਤੁਹਾਡੇ ਤੱਕ ਹੀ ਆਵਾਜ਼ ਪਹੁੰਚੀ ਹੈ ਜੀ। ਅੱਛਾ, ਕਲਾਕਾਰ ਤੱਕ ਨਹੀਂ ਪਹੁੰਚੀ? ਨਹੀਂ, ਰਫੀ ਤੱਕ ਪਹੁੰਚੀ ਸੀ। ਜਦੋਂ ਮੈਂ ਉੱਥੇ ਬੰਬੇ ਗਿਆ, ਬੰਬੇ ਅਤੇ ਉਹ ਉਹਨਾਂ ਦੀ ਉਦਨ ਡੈਥ ਹੋ ਗਈ ਸੀ ਅਟੈਕ ਦੇ ਨਾਲ, ਮੈਂ ਆਇਆ ਕਿਹੜੇ ਹਿਸਾਬ ਨਾਲ, ਬਹੁਤ ਮੁਸ਼ਕਲ ਉੱਥੋਂ ਆਇਆ ਸਾਂ, ਕਿਉਂਕਿ ਮੈਂ ਉੱਥੇ ਮਹਿੰਗਾਈ ਵਾਲਾ ਇਲਾਕਾ, ਬਹੁਤ ਮਹਿੰਗਾਈ ਆ ਉੱਥੇ, ਕਿਸੇ ਨੂੰ ਕੋਈ ਰੋਟੀ ਦੇ ਕੇ ਖੁਸ਼ ਨਹੀਂ ਹੈਗਾ, ਉਹ ਆਪ ਪਤਾ ਨਹੀਂ ਕੀ ਖਾਂਦੇ ਨੇ ਕਿਸ ਤਰ੍ਹਾਂ, ਕਿਉਂਕਿ ਪੰਜਾਬ ਦੇ ਵਿੱਚ ਤਾਂ ਕਿਸੇ ਦੇ ਘਰ ਚਲੇ ਜਾਓ ਅਤੇ ਦਾਲ ਫੁਲਕਾ ਮਿਲ ਜਾਂਦਾ। ਫਿਰ ਇੱਕ ਨੇ ਮੈਂ ਕਿਹਾ, ਮੈਂ ਕਿਹਾ ਜੀ ਇਹ ਗੱਲ ਹੈ, ਕਹਿੰਦਾ ਵੀ ਰਫੀ ਸਾਹਿਬ ਤਾਂ ਚਲੋ ਚਲੇ ਗਏ, ਤੁਸੀਂ ਧਰਮਿੰਦਰ ਦੇ ਘਰ ਚਲੇ ਜਾਓ। ਮੈਂ ਜੂਹ ਚਪਾਟੀ ਨੰਬਰ 4 ਉੱਥੇ ਚਲਾ ਗਿਆ, ਉਹ ਗਾਲ ਕੱਢ ਕੇ ਕਹਿੰਦਾ ਇੱਕ ਹੋਰ ਆ ਗਿਆ ਐਕਟਰ ਬਣਨ। ਮੈਂ ਕਿਹਾ ਜੀ ਨਹੀਂ, ਮੈਂ ਐਕਟਰ ਬਣਨ ਹੀ ਆਇਆ, ਇਹ ਮੈਂ ਗਾਇਕ ਹੈਗਾ ਸਾਂ, ਰਫੀ ਸਾਹਿਬ ਨੇ ਮੈਨੂੰ ਬੁਲਾਇਆ ਸੀ ਵੀ ਤੂੰ ਮੇਰੇ ਕੋਲ ਆ, ਅਤੇ ਉਹ ਫਿਰ ਕਹਿੰਦਾ ਹੁਣ। ਮੈਂ ਕਿਹਾ ਜੀ ਮੈਂ ਘਰ ਵਾਪਸ ਜਾਣਾ ਚਾਹੁੰਦਾ। ਉਦੋਂ ਬਲਬ ਲੱਗੇ ਹੁੰਦੇ ਸੀ ਵੱਡੇ ਵੱਡੇ ਇੰਜਨਾਂ ਦੇ ਅੱਗੇ, ਕੋਲੇ ਦੇ ਨਾਲ ਚੱਲਦੇ ਹੁੰਦੇ ਸੀ, 3-4 ਦਿਨ ਬਾਅਦ ਉੱਥੋਂ ਉੱਥੇ ਮੈਂ ਪਹੁੰਚਿਆ। ਉਹਨੇ ਫਿਰ ਮੈਨੂੰ ਪਹਿਲੇ ਰੋਟੀ ਖਵਾਈ, ਚਾਹ ਪਿਆਈ, ਉਹਦੀ ਪਹਿਲੇ ਜਨਾਨੀ ਦੂਜੀ ਸੀ ਪ੍ਰਕਾਸ਼ ਕੌਰ, ਕਿਉਂਕਿ ਕਾਫੀ 30-40 ਸਾਲ ਦੀ ਗੱਲ। ਫਿਰ ਉਹਨੇ 50 ਰੁਪਏ ਦਿੱਤੇ ਅਤੇ ਆਪਣੇ ਡਰਾਈਵਰ ਨੂੰ ਕਹਿੰਦਾ, ਕਹਿੰਦਾ ਉਹਨੂੰ ਗੱਡੀ 'ਤੇ ਚੜ੍ਹਾ ਆਇਆ, ਟਿਕਟ ਲੈ ਕੇ ਦੇ ਦਿੱਤੀ। ਉਸ ਤੋਂ ਬਾਅਦ ਆਪਾਂ ਅੰਮ੍ਰਿਤਸਰ ਡਿੱਗਦੇ ਜਾਂਦੇ ਆ ਗਏ। ਅੱਛਾ ਜੀ, ਅਤੇ ਬਾਪੂ ਜੀ ਦਿਨ ਦੇ ਵਿੱਚ ਕਿੰਨਾ ਕੁ ਰਿਆਜ਼ ਵਗੈਰਾ ਕਰਦੇ ਹੋ ਕਿ ਕੁਦਰਤੀ ਤੁਸੀਂ ਵਧੀਆ ਗਾ ਲੈਂਦੇ ਹੋ? ਨਹੀਂ ਜੀ, ਇਹ ਕੁਦਰਤੀ ਦੇਣ ਆ ਜੀ, ਸਰਸੋਂ ਦੀ ਮਾਤਾ ਦੀ ਕਿਰਪਾ ਮੇਰੇ 'ਤੇ, ਕਿਉਂਕਿ ਮੈਂ ਉਹਨਾਂ ਦੇ ਦਰਸ਼ਨ ਵੀ ਭਾਵੇਂ ਜਾਗੋ ਮਿੱਟੀ ਹੋ ਕੇ ਕੀਤੇ, ਮਤਲਬ ਅਰਸਾਤ ਮੈਂ ਉਹਨਾਂ ਦੇ ਦਰਸ਼ਨ ਕੀਤੇ ਕਹਿ ਸਕਦਾ, ਕਿਉਂਕਿ ਮੈਂ ਉਹਨਾਂ ਨੇ ਕਿਹਾ ਸੀ ਸੁਪਨੇ 'ਚ, ਤੁਹਾਨੂੰ ਕੀ ਚਾਹੀਦਾ, ਪੈਸਾ ਚਾਹੀਦਾ ਕਿ ਆਵਾਜ਼? ਮੈਂ ਕਿਹਾ ਮਾਂ ਮੈਨੂੰ ਨਾ ਆਵਾਜ਼ ਚਾਹੀਦੀ ਹੈ, ਪੈਸਾ ਤਾਂ ਮੈਂ ਕਿਹਾ ਆਪੇ ਹੀ ਆ ਜਾਣਾ। ਫਿਰ ਉਹ ਕਹਿੰਦੀ ਤਥਾਸਤੂ, ਅਤੇ ਮੈਂ ਲਤਾ ਨੂੰ ਵੀ ਆਪਣੀ ਮਾਂ ਕਹਿੰਦਾ, ਸਰਸਵਤੀ ਮਾਂ ਕਹਿੰਦਾ, ਔਰ ਰਫੀ ਸਾਹਿਬ ਤਾਂ ਹੈ ਹੀ ਨੇ, ਉਹਨਾਂ ਦਾ ਤਾਂ ਮੈਂ ਬੇਟਾ ਹੈ ਹੀ ਰਫੀ ਸਾਹਿਬ ਦਾ। ਬਾਕੀ ਹੋਰ ਗੀਤ ਵੀ ਇੰਨੇ ਬਹੁਤ, ਕਲਾਕਾਰ ਸਾਰੇ ਵਧੀਆ ਜੀ। ਕਿਹਨੂੰ ਕਿਹਨੂੰ ਸੁਣਦੇ ਹੋ ਤੁਸੀਂ? ਮੈਂ ਜੀ ਰਫੀ ਨੂੰ ਮੈਂ ਜ਼ਿਆਦਾ ਪ੍ਰਾਥਮਿਕਤਾ ਦਿੰਦਾ। ਅਤੇ ਇਹਨਾਂ ਦੇ ਗਾਣੇ ਕਾਹਦੇ 'ਤੇ ਸੁਣਦੇ ਹੋ, ਫੋਨ ਵਗੈਰਾ ਹੈਗਾ? ਸਾਡੇ ਕੋਲ ਫੋਨ ਦੂਸਰਾ, ਮੈਂ ਟੀ ਵੀ ਹੈਗਾ, ਟੀ ਵੀ ਤੋਂ ਸੁਣ ਲਈਦੇ ਨੇ। ਅੱਛਾ ਜੀ, ਅਤੇ ਇਹਦੇ 'ਤੇ ਇੱਕ ਚੈਨਲ ਸੀ, ਉਹਦੇ 'ਤੇ ਉਹ ਰਫੀ ਦੇ ਹੀ ਗੀਤ ਆਉਂਦੇ ਨੇ,
ਅਤੇ ਜਾਂ ਆਲ ਇੰਡੀਆ ਰੇਡੀਓ ਇਹਦੇ ਵਿੱਚ ਵੀ ਉਹ ਹੈਗਾ। ਉੱਥੋਂ ਫਿਰ ਜਦੋਂ ਮੈਨੂੰ ਵਿਹਲਾ ਵਿਹਲ ਹੁੰਦਾ ਰਿਆਜ਼ ਵੀ ਕਰੀਦਾ, ਬਾਕੀ ਫਿਰ ਉਸ ਤੋਂ ਬਾਅਦ ਇੱਥੇ ਲਾ ਕੇ ਅਤੇ ਰਮਾਨ ਨਾਲ ਢੋਲ ਲਾ ਕੇ ਅਤੇ ਮੈਂ ਸੁਣਦਾ ਰਹਿੰਦਾ। ਅੱਛਾ ਜੀ, ਕੋਈ ਗਾਣਾ ਸੁਣਾਓਗੇ ਤੁਹਾਡਾ ਜਿਹੜਾ ਪਸੰਦੀਦਾ ਹੋਏ? ਮੈਨੂੰ ਪੰਜਾਬੀ ਗੀਤ ਵੀ ਆਉਂਦੇ ਨੇ, ਇਹ ਵੀ ਰਫੀ ਸਾਹਿਬ ਦਾ। ਅਸਾ ਯਾਰ ਦੇ ਨਜ਼ਾਰੇ ਵਿੱਚ ਰੱਬ ਵੇਖਿਆ, ਰੱਬ ਵੇਖਿਆ ਉਹ ਵੀ ਵੇਖਿਆ ਤੇ ਉਹ ਵੀ ਵੇਖਿਆ ਤੇ ਯਾਰ ਦੇ ਸਬਬ ਵੇਖਿਆ ਅਸਾ ਯਾਰ ਦੇ। ਕੱਟ ਰੱਬ ਤੋਂ ਨਜ਼ਾਰਾ ਨਹੀਂ ਜੇ ਸਾਡੇ ਯਾਰ ਦਾ, ਜਿਹੜਾ ਤੱਕ ਲੈਂਦਾ ਯਾਰ ਉੱਤੋਂ ਜਿੰਦ ਵਾਰ ਦਾ। ਕੱਟ ਰੱਬ ਤੋਂ ਨਜ਼ਾਰਾ ਨਹੀਂ ਜੇ ਸਾਡੇ ਯਾਰ ਦਾ, ਜਿਹੜਾ ਤੱਕ ਲੈਂਦਾ ਯਾਰ ਉੱਤੋਂ ਜਿੰਦ ਵਾਰ ਦਾ। ਕੋਲ ਖੜਕੀ ਕੋਲ ਖੜਕੇ ਨਜ਼ਾਰਾ ਐਸਾ ਸਭ ਵੇਖਿਆ, ਸਭ ਵੇਖਿਆ ਉਹ ਵੀ ਵੇਖਿਆ ਤੇ ਉਹ ਵੀ ਵੇਖਿਆ ਤੇ ਯਾਰ ਦੇ ਸਬਬ ਵੇਖਿਆ ਐਸਾ ਯਾਰ ਦੇ। ਸੋ ਬਾਪੂ ਜੀ, ਕੰਮ 'ਤੇ ਕਿੱਦਾਂ ਜਾਂਦੇ ਹੋ ਤੁਸੀਂ? ਮੈਂ ਸਾਈਕਲ 'ਤੇ ਜਾਂਦਾ ਜੀ, ਸਵੇਰੇ ਮਹਾਰਾਜ ਦੀ ਕਿਰਪਾ, ਸਾਈਕਲ 'ਤੇ 3 ਵਜੇ ਉੱਠ ਪਈਦਾ, ਦਰਬਾਰ ਸਾਹਿਬ ਜਾਈਦਾ। ਮੈਂ ਬੁਲਾਉਂਦੇ ਤਾਂ ਮਹਾਰਾਜ ਆਪ ਨੇ, ਮੈਂ ਜਾਣ ਵਾਲਾ ਕੌਣ ਹੈ ਜੀ? 3 ਵਜੇ, 3:15 ਵਜੇ, ਹੱਦ 3:30 ਵਜੇ ਮੈਂ ਉੱਥੇ ਸਾਈਕਲ 'ਤੇ ਜਾਣਾ, ਸਤਨਾਮ ਵਾਹਿਗੁਰੂ ਕਰਦਾ ਕਰਦਾ। ਫਿਰ ਉੱਥੇ ਜਾ ਕੇ ਚਾਹ ਪੀਦੀ ਹੈ, ਪਰਿਕਰਮਾ ਕਰੀਦੀ ਹੈ, ਫਿਰ ਮੰਜੀ ਸਾਹਿਬ ਮੈਂ ਬੈਠ ਕੇ ਅਤੇ ਰਿਆਜ਼ ਕਰੀ ਜਾਂਦਾ ਆਪਣੇ, ਮਤਲਬ ਦੂਜਾ ਤੀਜਾ ਕਾਲਾ ਉਹ ਇਸ਼ਾਰੇ ਨਾਲ ਹੋ ਜਾਂਦਾ, ਉਹਨੂੰ ਦਿਮਾਗ 'ਚ ਰੱਖ ਲਈਦਾ। ਉੱਧਰ ਕਥਾ ਚੱਲਦੀ ਹੈ, ਕੀਰਤਨ ਚੱਲਦਾ, ਮੈਂ ਆਪਣਾ ਰਿਆਜ਼ ਉੱਥੇ 1.5-2 ਘੰਟੇ ਉੱਥੇ ਹੋ ਜਾਂਦਾ। ਹੁਣ ਜਿਸ ਤਰ੍ਹਾਂ ਆ ਕੇ ਮੈਂ ਇੱਥੇ ਲੰਮੇ ਪਿਆ ਸਾਂ, ਬਾਅਦ 'ਚ ਫਿਰ ਮੈਂ ਰਿਆਜ਼ ਕਰਨ ਲੱਗ ਪੈਣਾ। ਸੋ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ ਦਰਸ਼ਕਾਂ ਨੂੰ, ਲੋਕਾਂ ਨੂੰ? ਮੈਂ ਤਾਂ ਇਹ ਕਹਿਣਾ ਚਾਹਾਂਗਾ ਜੀ, ਕੋਈ ਤੋਂ ਹੋਗਾ ਮੇਰਾ ਸਾਥੀ, ਕੋਈ ਤੋਂ ਪਿਆਸ ਬੁਝਾਏਗਾ, ਕਭੀ ਨਾ ਕਭੀ ਕਹੀਂ ਨਾ ਕਹੀਂ ਕੋਈ ਨਾ ਕੋਈ ਤੋਂ ਆਏਗਾ, ਆਪਣਾ ਮੁਝੇ ਬਣਾਏਗਾ, ਦਿਲ ਮੇ ਮੁਝੇ ਬਿਠਾਏਗਾ, ਕਭੀ ਨਾ ਕਭੀ ਕਹੀਂ ਨਾ ਕਹੀਂ ਕੋਈ ਨਾ ਕੋਈ ਤੋਂ ਆਏਗਾ। ਹੋਏ ਪੈਦਾ ਗਰੀਬ ਇਹ ਕਿਸ ਕੀ ਖਤਾ, ਹਮੇ ਦੁਨੀਆ ਮੇ ਕਿਉਂ ਤੂੰ ਹੈ ਲਾਇਆ ਬਤਾ, ਕਿਉਂ ਹੈ ਚੁੱਪ ਕੁਛ ਬਤਾ, ਕੁਛ ਬਤਾ ਦੇਣੇ ਵਾਲੇ ਕਿਸੀ ਕੋ ਗਰੀਬੀ ਨਾ ਦੇ, ਮੌਤ ਦੇ ਮਗਰ ਬਦਨਸੀਬੀ ਨਾ ਦੇਣੇ ਵਾਲੇ। ਬਹੁਤ ਬਹੁਤ ਧੰਨਵਾਦ, ਅਤੇ ਬਹੁਤ ਵੱਡਾ ਟੈਲੈਂਟ ਆ ਤੁਹਾਡੇ 'ਚ, ਇੱਦਾਂ ਦੀ ਆਵਾਜ਼ ਬੜੇ ਘੱਟ ਲੋਕਾਂ ਨੂੰ ਜਿਹੜੀ ਮਿਲਦੀ ਆ ਕੁਦਰਤ ਵੱਲੋਂ। ਸੋ ਉਮੀਦ ਕਰਦੇ ਹਾਂ ਕਿ ਜ਼ਰੂਰ ਤੁਹਾਡੀ ਵੀ ਸੁਣਵਾਈ ਹੋਵੇ।
ਸੋ ਇਹ ਸੀ ਜੀ ਮੇਰੇ ਨਾਲ ਬਾਪੂ ਜੀ, ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਆਪਾਂ। ਨਾਲ ਉਹਨਾਂ ਤੋਂ ਬਹੁਤ ਸਾਰੇ ਗਾਣੇ ਸੁਣੇ ਨੇ, ਮੁਹੰਮਦ ਰਫੀ ਜੀ ਦੇ ਬਹੁਤ ਵੱਡੇ ਫੈਨ ਨੇ, ਉਹਨਾਂ ਨੂੰ ਸੁਣਦੇ ਨੇ, ਅਤੇ ਤੁਸੀਂ ਵੀ ਉਹਨਾਂ ਦੇ ਗਾਣੇ ਜਿਹੜੇ ਨੇ ਸੁਣੇ ਨੇ ਬਾਪੂ ਜੀ ਦੀ ਜ਼ੁਬਾਨੀ। ਸੋ ਜੇਕਰ ਤੁਸੀਂ ਵੀ ਦੇਖ ਰਹੇ ਹੋ, ਤੁਹਾਨੂੰ ਵੀ ਲੱਗਦਾ ਕਿ ਬਾਪੂ ਜੀ ਡਿਜ਼ਰਵ ਕਰਦੇ ਨੇ, ਅਤੇ ਜ਼ਰੂਰ ਉਹਨਾਂ ਦੀ ਹੈਲਪ ਕਰੋ, ਕਿਉਂਕਿ ਘਰ ਦੇ ਹਾਲਾਤ ਵੀ ਮੈਂ ਤੁਹਾਨੂੰ ਦਿਖਾ ਦਿੱਤੇ ਨੇ। ਸੋ ਇਸ ਤਰ੍ਹਾਂ ਲੋੜਵੰਦਾਂ ਦੀ ਮੈਨੂੰ ਲੱਗਦਾ ਕਿ ਮਦਦ ਅੱਗੇ ਹੋ ਕੇ ਕਰਨੀ ਚਾਹੀਦੀ, ਔਰ ਇਸ ਤਰ੍ਹਾਂ ਦੇ ਟੈਲੈਂਟ ਨੂੰ ਵੀ ਆਪਾਂ ਨੂੰ ਬਹੁਤ ਜ਼ਿਆਦਾ ਸਪੋਰਟ ਕਰਨ ਦੀ ਲੋੜ ਹੈ। ਸੋ ਫਿਲਹਾਲ ਹੀ ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਅਨਿਲ ਦੇ ਨਾਲ ਮਨਪ੍ਰੀਤ ਖੁੱਲਣ, ਦੈਨਿਕ ਸਵਰ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।